ਪਿਆਰੇ ਵਿਦਿਆਰਥੀਓ ਸਵਾਗਤ ਹੈ ਚੈਨਲ ਵਿੱਚ। ਅੱਜ ਅਗਲੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪਾਠ ਮੇਰੇ ਵੱਡੇ ਬਡੇਰੇ ਤੇ ਉਸ ਦਾ ਸੰਖੇਪ ਸਾਰ, ਸ਼ਾਰਟ ਕੁਐਸਚਨ ਆਨਸਰ ਤੇ ਲੌਂਗ ਕੁਐਸਚਨ ਆਨਸਰਸ। ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਸ਼ੁਰੂ ਕਰੋ, ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਅਨ ਬਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕਣ। ਤੇ ਵੱਡੇ ਬਡੇਰੇ। ਗੈਨੀ ਗੁਰਦੀਪ ਸਿੰਘ ਨੇ ਇਸ ਲੇਖ ਵਿੱਚ ਆਪਣੇ ਪੁਰਾਣੇ ਬਜ਼ੁਰਗਾਂ ਦੇ ਗੁਣਾਂ ਦਾ ਜ਼ਿਕਰ ਕੀਤਾ ਹੈ ਕਿ ਉਹ ਪੰਜਾਬ ਦੀ ਸ਼ਾਨ ਸਨ। ਲੇਖਕ ਨੇ ਭਾਵੇਂ ਆਪ ਤਾਂ ਉਹਨਾਂ ਨੂੰ ਕਦੀ ਦੇਖਿਆ ਨਹੀਂ ਸੀ ਪਰ ਲੋਕਾਂ ਤੋਂ ਸੁਣਿਆ ਹੈ ਕਿ ਉਹ ਬੜੇ ਲੰਮੇ ਉੱਚੇ ਤੇ ਚੰਗੀ ਸਿਹਤ ਵਾਲੇ ਦਰਸ਼ਨੀ ਜਵਾਨ ਸਨ। ਲੇਖਕ ਦੇ ਦਾਦੇ ਚਾਰ ਭਰਾ ਸਨ। ਇਹ ਚਾਰੇ ਭਰਾ ਬੜੇ ਤਕੜੇ ਤੇ ਚੰਗੀ ਸਿਹਤ ਵਾਲੇ ਸਨ। ਖਾਣ ਪੀਣ ਦੇ ਬੜੇ ਸ਼ੌਕੀਨ ਸਨ। ਇੱਕ ਵਾਰ ਉਹ ਨਜ਼ਦੀਕੀ ਪਿੰਡ ਵਿਆਹ ਤੇ ਗਏ ਤਾਂ ਉਹ ਸਾਰਿਆਂ ਲਈ ਬਣਾਇਆ ਪ੍ਰਸ਼ਾਦ ਦਾ ਵੱਡਾ ਕੜਾਹਾ ਇਕੱਲੇ ਹੀ ਖਾ ਗਏ। ਇਸ ਤੋਂ ਇਲਾਵਾ ਉਹ ਜ਼ੋਰ ਅਜਮਾਇਸ਼ ਲਈ ਵੀ ਬੜੇ ਮਸ਼ਹੂਰ ਸਨ ਇੱਕ ਵਾਰ ਇੱਕ ਪਹਿਲਵਾਨ ਨੇ ਪਿੰਡ ਆ ਕੇ ਕੁਸ਼ਤੀ ਲਈ ਵੰਗਾਰਿਆ ਤੇ ਰਸਦ ਮੰਗਣ ਲੱਗਾ ਪਿੰਡ ਦੇ ਚੌਧਰੀ ਚੜਤ ਸਿੰਘ ਨੇ ਪਹਿਲਵਾਨ ਨੂੰ ਇੱਕ ਰਾਤ ਪਿੰਡ ਵਿੱਚ ਬਿਤਾਉਣ ਲਈ ਕਿਹਾ ਕਿ ਸਵੇਰੇ ਰਸਦ ਦੇ ਦੇਵਾਂਗੇ ਰਾਤ ਨੂੰ ਚੜਤ ਸਿੰਘ ਨੇ ਬਾਬਿਆਂ ਦੇ ਇੱਕ ਭਰਾ ਪੁੰਨੂ ਨੇ ਕਿਹਾ ਕਿ ਜ਼ਰਾ ਪਹਿਲਵਾਨ ਦੀ ਆਕੜ ਪੰਨ ਦੇਵੇ ਸਵੇਰੇ ਅਖਾੜੇ ਵਿੱਚ ਪੁੰਨੂ ਨੇ ਪਹਿਲਵਾਨ ਦੀ ਬੁਰੀ ਹਾਲਤ ਕੀਤੀ ਕਿ ਉਹ ਸ਼ਰਮਿੰਦਾ ਹੋ ਕੇ ਦੌੜ ਗਿਆ ਇੱਕ ਵਾਰ ਪਿੰਡ ਦੇ ਚੌਂਕ ਵਿੱਚ ਬਹੁਤ ਪੁਰਾਣਾ ਸ਼ਹਿਦੂਤ ਡਿੱਗ ਪਿਆ ਕੁਝ ਲੋਕ ਉਸ ਨੂੰ ਛਾਂਗਣ ਬਾਰੇ ਸੋਚ ਰਹੇ ਸਨ ਉੱਪਰੋਂ ਬਾਬਿਆਂ ਦਾ ਇੱਕ ਭਰਾ ਆਇਆ ਤੇ ਉਹ ਕਹਿਣ ਲੱਗਾ ਕਿ ਇਸ ਨੂੰ ਖਿੱਚ ਕੇ ਪਰੇ ਕਰ ਦਿੰਦੇ ਹਾਂ ਦੇਖਦੇ ਹਾਂ ਕਿ ਉਹ ਟਾਹਣ ਵਾਂਗ ਖਿੱਚ ਕੇ ਲੈ ਗਿਆ ਦੇਖਦੇ-ਦੇਖਦੇ ਉਹ ਇੱਕ ਟਾਹਣ ਵਾਂਗ ਖਿੱਚ ਕੇ ਲੈ ਗਿਆ ਬਾਬਿਆਂ ਦੇ ਪੈਣ ਨੇ ਰਾਹ ਵਿੱਚ ਪਏ ਬੜੇ ਭਾਰੇ ਮੁਗਦਰ ਨੂੰ ਰਾਹ ਵਿਚੰ ਚੁੱਕੇ ਨੇ ਜ਼ੋਰ ਨਾਲ ਮਾਰਿਆ ਕਿ ਇੱਕ ਦੀਵਾਰ ਵੀ ਡਿੱਗ ਪਈ। ਬਾਬਿਆਂ ਦੀ ਭੈਣ ਆਪਣੇ ਪੁੱਤਰਾਂ ਨੂੰ ਹਰ ਰੋਜ਼ ਬਹੁਤ ਸਾਰਾ ਮੱਖਣ ਖਾਣ ਨੂੰ ਦਿੰਦੀ ਸੀ। ਲੇਖਕ ਆਪਣੇ ਵੱਡੇ ਬਜ਼ੁਰਗਾਂ ਦੀ ਇਹੋ ਜਿਹੀਆਂ ਗੱਲਾਂ ਸੁਣ ਕੇ ਸੋਚਦਾ ਕਿ ਉਹ ਕੋਈ ਦੇਵਦਾਨੋ ਹੀ ਨਾ ਹੋਣ। ਤੇ ਬੱਚਿਓ ਇਹ ਸੀ ਆਪਣਾ ਪਾਠ ਵੱਡੇ ਵਡੇਰੇ ਨੰਬਰਿਕ ਹੈ ਮੇਰੇ ਵੱਡੇ ਵਡੇਰੇ ਲੇਖ ਕਿਸ ਦਾ ਲਿਖਿਆ ਹੋਇਆ ਹੈ? ਤੇ ਇਸ ਦਾ ਉੱਤਰ ਹੈ ਗਿਆਨੀ ਗੁਰਦਿੱਤ ਸਿੰਘ ਦਾ। ਪ੍ਰਸ਼ਨ ਨੰਬਰ 2 ਹੈ ਗਿਆਨੀ ਗੁਰਦਿੱਤ ਸਿੰਘ ਦੀ ਰਚਨਾ ਕਿਹੜੀ ਹੈ? ਤੇ ਇਸ ਦਾ ਉੱਤਰ ਹੈ ਮੇਰੇ ਵੱਡੇ ਵਡੇਰੇ। ਪ੍ਰਸ਼ਨ ਨੰਬਰ 3 ਹੈ ਗਿਆਨੀ ਗੁਰਦਿੱਤ ਸਿੰਘ ਦਾ ਜਨਮ ਕਦੋਂ ਹੋਇਆ? ਤੇ ਇਸ ਦਾ ਉੱਤਰ ਹੈ 1909 ਈਸਵੀ ਵਿੱਚ। ਪ੍ਰਸ਼ਨ ਨੰਬਰ 4 ਗਿਆਨੀ ਗੁਰਦਿੱਤ ਸਿੰਘ ਦਾ ਜਨਮ ਕਿੱਥੇ ਹੋਇਆ? ਤੇ ਇਸ ਦਾ ਉੱਤਰ ਹੈ ਪਿੰਡ ਮਿੱਠੇਵਾਲ, ਰਿਆਸਤ ਮਲੇਰਕੋਟਲਾ ਵਿਖੇ। ਪ੍ਰਸ਼ਨ ਨੰਬਰ 5 ਹੈ ਗਿਆਨੀ ਗੁਰਦਿੱਤ ਸਿੰਘ ਦਾ ਦਿਹਾਂਤ ਕਦੋਂ ਹੋਇਆ? ਤੇਜੋ ਉੱਤਰ ਹੈ 2007 ਈਸਵੀ ਵਿੱਚ ਪ੍ਰਸ਼ਨ ਨੰਬਰ 6 ਗਿਆਨੀ ਗੁਰਦੀਪ ਸਿੰਘ ਨੇ ਜੀਵਨ ਸੰਦੇਸ਼ ਨਾਂ ਦਾ ਮਾਸਿਕ ਪੱਤਰ ਕਦੋਂ ਸ਼ੁਰੂ ਕੀਤਾ ਤੇਜੋ ਉੱਤਰ ਹੈ 1948 ਈਸਵੀ ਵਿੱਚ ਪ੍ਰਸ਼ਨ ਨੰਬਰ 7 ਹੈ ਗਿਆਨੀ ਗੁਰਦੀਪ ਸਿੰਘ ਨੇ ਪ੍ਰਕਾਸ਼ ਨਾਂ ਦਾ દੈਨਿਕ ਪੱਤਰ ਕਦੋਂ ਸ਼ੁਰੂ ਕੀਤਾ ਤੇਜੋ ਉੱਤਰ ਹੈ 1950 ਈਸਵੀ ਵਿੱਚ ਪ੍ਰਸ਼ਨ ਨੰਬਰ 8 ਹੈ ਲੇਖਕ ਦੇ ਦਾਦੇ ਕਿੰਨੇ ਭਰਾ ਸਨ ਤੇਜੋ ਉੱਤਰ ਹੈ 4 ਪ੍ਰਸ਼ਨ ਨੰਬਰ 9 ਹੈ ਪ੍ਰਸ਼ਾਦ ਦਾ ਸਾਰਾ ਕੜਾ ਕੜਾਹਾ ਕਿੰਨਾ ਨੇ ਸਵੇਰ ਛੱਡਿਆ ਤੇ ਜੀ ਉੱਤਰ ਹੈ ਲੇਖਕ ਦੇ ਦਾਦਿਆਂ ਨੇ ਪ੍ਰਸ਼ਨ ਨੰਬਰ 10 ਹੈ ਕਿਉਂ ਵਿਚਾਰੇ ਗਰੀਬ ਕਬੀਲਦਾਰ ਬੰਦੇ ਨੂੰ ਮਰਵਾਉਣ ਲੱਗੇ ਹੋ ਇਹ ਸ਼ਬਦ ਕਿਸ ਨੇ ਕਹੇ ਤੇ ਜੀ ਉੱਤਰ ਹੈ ਪਹਿਲਵਾਨ ਨੇ ਪ੍ਰਸ਼ਨ ਨੰਬਰ 11 ਹੈ ਕਿਹੜਾ ਪੁਰਾਣਾ ਬਰਖਤ ਹਨੇਰੀ ਨਾਲ ਜੜਾਂ ਤੋਂ ਖਾੜ ਕੇ ਰਾਹ ਵਿਚਾਲੇ ਡਿੱਗ ਪਿਆ ਸੀ ਤੇ ਜੀ ਉੱਤਰ ਹੈ ਸ਼ਹਿਦੂਤ ਦਾ ਪ੍ਰਸ਼ਨ ਨੰਬਰ 12 ਹੈ ਕਿਹੜੇ ਦਾਦੇ ਨੇ ਕਿੱਕਰ ਦੀ ਗੋਲੀ ਕਰ ਲਿਆ ਛੁੱਟੀ ਤੇ ਜੀ ਉੱਤਰ ਹੈ ਦਾਸ ਨੇ ਪ੍ਰਸ਼ਨ ਨੰਬਰ 13 ਹੈ ਲਟੈਣ ਪਾਉ ਸ਼ਤੀਰ ਚੜਾਉਣ ਲਈ ਚੜਾਉਣ ਲਈ ਪਿੰਡ ਦੇ ਕਿੰਨੇ ਚੌਂਵੇਂ ਗੱਭਰੂ ਇਕੱਠੇ ਕਰਨੇ ਪਏ ਉੱਤਰ ਹੈ 7 ਅ 8 ਪ੍ਰਸ਼ਨ ਨੰਬਰ 14 ਹੈ ਕਿਕਰ ਦੀ ਗੋਲੀ ਦੀ ਕਿੰਨੇ ਸਾਲਾਂ ਬਾਅਦ ਲਟੈਨ ਚੜਾਈ ਗਈ ਪ੍ਰਸ਼ਨ ਉੱਤਰ ਹੈ 1890 ਸਾਲਾਂ ਬਾਅਦ ਪ੍ਰਸ਼ਨ ਨੰਬਰ 15 ਹੈ ਪਿੰਡ ਚੜਿਕ ਵਿਆਹੀ ਬਾਬਿਆਂ ਦੀ ਭੈਣ ਨੇ ਜਦ ਦੂਜੀ ਵਾਰ ਮੁਗਦਰ ਵਗਾ ਕੇ ਮਾਰਿਆ ਤਾਂ ਕੀ ਹੋਇਆ ਤੇ ਇਸ ਦਾ ਉੱਤਰ ਹੈ ਅਗਲੇ ਖੋਲੇ ਦੇ ਕੰਦ ਟਹਿ ਗਈ ਪ੍ਰਸ਼ਨ ਨੰਬਰ 16 ਹੈ ਪਿੰਡ ਚੜੀਕ ਵੇਈ ਬਾਬਿਆਂ ਦੀ ਭੈਣ ਨੇ ਭੈਣ ਦੇ ਕਿੰਨੇ ਪੁੱਤਰ ਜਨਮੇ ਤੇ ਜਵਾਬ ਉੱਤਰ ਹੈ 2 ਪ੍ਰਸ਼ਨ ਨੰਬਰ 17 ਮੰਗਲ ਸਿੰਘ ਪਹਿਲਵਾਨ ਦੇ ਮਾਮੇ ਨੇ ਉਸ ਨੂੰ ਮੂੰਗਫਲੀਆਂ ਮੂੰਗਲੀਆਂ ਫੇਰਦਿਆਂ ਦੇਖ ਕੇ ਕੀ ਦਿੱਤਾ ਤੇ ਇਸ ਦਾ ਉੱਤਰ ਹੈ ਚਾਂਦੀ ਦਾ ਡਬਲ ਰੁਪਈਆ ਤੇ ਧੜੀ ਕਿਉ ਤੇ ਬੱਚਿਓ ਇਹ ਸੀ ਆਪਣੇ ਵੈਰੀ ਸ਼ੋਰਟ ਕੁਸਚਨ ਆਨਸਰ ਪਾਰਟ ਮੇਰੇ ਵੱਡੇ ਵਡੇਰੇ ਤੇ ਵੱਡੇ ਉੱਤਰ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 6 ਹੈ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ ਤੇ ਇਸ ਦਾ ਉੱਤਰ ਹੈ ਲੇਖਕ ਦੇ ਚਾਰੇ ਬਾਬਿਆਂ ਨੇ ਛਾਪੇ ਪਿੰਡ ਵਾਲਿਆਂ ਦੇ ਘਰ ਮੇਲ ਲਈ ਬਣਾਇਆ ਗੁੜ ਵਾਲੇ ਪ੍ਰਸ਼ਾਦ ਦਾ ਕੜਾ ਕੱਲਿਆ ਹੀ ਚਟਮ ਕਰ ਦਿੱਤਾ ਸੀ ਇਸ ਗੱਲ ਤੇ ਛਾਪੇ ਪਿੰਡ ਵਾਲੇ ਉਹਨਾਂ ਨਾਲ ਨਾਰਾਜ਼ ਹੋ ਗਏ ਤੇ ਉਹਨਾਂ ਨੇ ਲੇਖਕ ਦੇ ਵੱਡੇ ਵਡੇਰਿਆਂ ਤੋਂ ਨਾਤਾ ਤੋੜ ਲਿਆ ਸਵਾਲ ਨੰਬਰ 2 ਹੈ ਪੁਰਾਣੇ ਸਮੇਂ ਵਿੱਚ ਪਲਵਾਨ ਕਿਵੇਂ ਪਿੰਡਾਂ ਉੱਤੇ ਫਤਿਹ ਪ੍ਰਾਪਤ ਕਰਦੇ ਸਨ ਇਸ ਦਾ ਉੱਤਰ ਹੈ ਪੁਰਾਣੇ ਸਮੇਂ ਵਿੱਚ ਪਲਵਾਨ ਇੱਕ ਢੋਲ ਵਾਲੇ ਨੂੰ ਨਾਲ ਲੈ ਕੇ ਅਤੇ ਦਿਗਵਿਜੇ ਦਾ ਝੰਡਾ ਫੜ ਕੇ ਪਿੰਡ ਵਿੱਚ ਜਾਂਦੇ ਉੱਥੇ ਉਹਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ ਉਹ ਪਿੰਡ ਦੇ ਜ਼ੋਰ ਵਾਲੇ ਬੰਦੇ ਨੂੰ ਘੋਲ ਲਈ ਲਲਕਾਰਦੇ ਜੇਕਰ ਕੋਈ ਘੋਲ ਕਰਨ ਵਾਲਾ ਨਾ ਹੁੰਦਾ ਤਾਂ ਉਹ ਪਿੰਡ ਵਾਲਿਆਂ ਨੂੰ ਪੱਕੀ ਰਸਤ ਦੇਣ ਲਈ ਆਖਦੇ ਜਿਨ੍ਹਾਂ ਪਿੰਡਾਂ ਵਿੱਚ ਉਹ ਪੱਕੀ ਰਸਤ ਲੈੰਦੇ ਜਾਂ ਕੋਲ ਵਿੱਚ ਪਿੰਡ ਵਾਲੇ ਕਿਸੇ ਜ਼ੋਰਦਾਰ ਆਦਮੀ ਨੂੰ ਹਰਾ ਦਿੰਦੇ ਉਹ ਉਸ ਪਿੰਡ ਨੂੰ ਫਤਿਹ ਕਰਕੇ ਦੂਜੇ ਪਿੰਡ ਉਤੇ ਚੜਾਈ ਕਰ ਦਿੰਦੇ ਪ੍ਰਸ਼ਨ ਨੰਬਰ 3 ਹੈ ਲੋਕ ਪਲਵਾਨਾਂ ਦਾ ਕਿਵੇਂ ਸਤਕਾਰ ਕਰਦੇ ਸਨ ਤੇ ਜਿਹਦਾ ਉੱਤਰ ਹੈ ਉਹ ਪਿੰਡ ਦੇ ਬਾਹਰ ਪਲਵਾਨਾਂ ਦਾ ਸਤਕਾਰ ਕਰਨ ਜਾਂਦੇ ਫਿਰ ਉਹਨਾਂ ਨੂੰ ਘੋਇ ਇਕੱਠਾ ਕਰਕੇ ਦਿੰਦੇ ਗੁੜਤੀ ਕਪੜਿਆਂ ਦੇ ਥਾਨਾਂ ਦੀਆਂ ਪੰਡਾ ਬਣ ਕੇ ਦਿੰਦੇ ਨਗਦੀ ਵੀ ਦਿੱਤੀ ਜਾਂਦੀ। ਪ੍ਰਸ਼ਨ ਨੰਬਰ 4 ਹੈ ਬਾਬੀ ਪੁੰਨੂ ਤੇ ਪਹਿਲਵਾਨ ਵਿਚਕਾਰ ਹੋਈ ਕੁਸ਼ਤੀ ਦਾ ਵਰਣਨ ਕਰੋ। ਉੱਤਰ ਹੈ ਬਾਬਾ ਪੁੰਨੂ ਜਦੋਂ ਪਹਿਲਵਾਨ ਦੇ ਸਾਹਮਣੇ ਆਇਆ ਤਾਂ ਪਹਿਲਵਾਨ ਹੱਸਣ ਲੱਗ ਪਿਆ। ਮੁੱਢਲੇ 2-4 ਹੱਥਾਂ ਤੋਂ ਬਾਅਦ ਬਾਬੇ ਪੁੰਨੂ ਨੇ ਪਹਿਲਵਾਨ ਦੀ ਠੁੱਡੀ ਥੱਲੇ ਕੋਹਣੀ ਦੇ ਕੇ ਉਸ ਨੂੰ ਅਜਿਹਾ ਉਤਾ ਚੁੱਕਿਆ ਕਿ ਉਸ ਦੀ ਅੱਖਾਂ ਦੇ ਅੰਡੇ ਬਾਹਰ ਆ ਗਏ। ਉਹ ਆਪਣੀ ਜਾਨ ਬਖਸ਼ ਦੇਣ ਦੀ ਇਸ਼ਾਰੇ ਕਰਨ ਲੱਗਾ ਤੇ ਬਾਅਦ ਵਿੱਚ ਆਪਣਾ ਲੂੰਗ ਲਾਣਾ ਛੱਡ ਕੇ ਨਸ ਗਿਆ ਫਿਰ ਕਈ ਵਰਿਆਂ ਤੱਕ ਬਾਬੇ ਪੁੰਨੂ ਦੀ ਜੈ ਜੈਕਾਰ ਲੋਕਾਂ ਦੇ ਦਿਲਾਂ ਵਿੱਚ ਗੂੰਜਦੀ ਰਹੀ ਪ੍ਰਸ਼ਨ ਨੰਬਰ 5 ਹੈ ਕਿ ਕਿਦਰੇ ਸਾਡੇ ਬਾਬੇ ਵੀ ਕੋਈ ਦਿਉਦਾਨੋ ਤਾਂ ਨਹੀਂ ਸਨ ਵੱਡੇ ਵੱਡੇ ਲੇਖ ਦੇ ਪ੍ਰਸੰਗ ਵਿੱਚ ਇਸ ਕਥਨ ਦੀ ਪੁਸ਼ਟੀ ਕਰੋ ਉੱਤਰ ਹੈ ਲੇਖ ਦੇ ਲੇਖਕ ਦੇ ਦਾਦੇ ਬਾਬੇ ਕਦਕਾਠ ਵਿੱਚ ਨਰੋਈ ਸਨ ਉਹ ਵੱਡੇ ਪਹਿਲਵਾਨਾਂ ਨੂੰ ਚਟਾ ਦੇਣ ਦੀ ਸਮਰੱਥਾ ਰੱਖਦੇ ਸਨ ਉਹ ਇਕੱਲਿਆਂ ਹੀ ਸ਼ਹਿਦੂਤ ਨੂੰ ਖਿੱਚ ਕੇ ਘਰ ਲੈ ਆਉਂਦੇ ਸਨ ਉਹ ਕਿੱਕਰ ਦੀ ਜੜੋਂ ਖੜੇ ਗੇਲੇ ਨੂੰ ਟੰਬਾ ਦੱਸਦੇ ਸਨ ਤੇ ਇਕੱਲਿਆਂ ਹੀ ਚੁੱਕ ਲਿਆਉਂਦੇ ਸਨ ਉਹਨਾਂ ਦਾ ਖਾਣਾ ਪੀਣਾ ਖੁੱਲਾ ਸੀ ਉਹਨਾਂ ਦੀਆਂ ਭੈਣਾਂ ਵੀ ਉਹਨਾਂ ਵਰਗੀਆਂ ਹੀ ਤਾਕਤਵਰ ਸਨ ਇਸੇ ਲਈ ਲੇਖਕ ਨੂੰ ਆਪਣੇ ਬਾਬੇ ਦਿਉਤਾਨੂ ਵਰਗੇ ਯਾਪਦੇ ਸਨ ਪ੍ਰਸ਼ਨ ਨੰਬਰ 6 ਹੈ ਇਸ ਪਾਠ ਵਿੱਚ ਬਾਬਿਆਂ ਦੀਆਂ ਭੈਣਾਂ ਦੇ ਕਾਰਨਾਮਿਆਂ ਦਾ ਜੋ ਜ਼ਿਕਰ ਆਇਆ ਹੈ ਉਹ ਆਪਣੇ ਸ਼ਬਦਾਂ ਵਿੱਚ ਲਿਖੋ ਉੱਤਰ ਹੈ ਬਾਬਿਆ ਦੀ ਛੋਟੀ ਭੈਣ ਖੇਤਾਂ ਵਿੱਚ ਜਿਹੜੀ ਪੰਡ ਸਿੱਟਿਆਂ ਦੀ ਚੁੱਕ ਕੇ ਲਿਆਈ ਸੀ ਉਸ ਵਿੱਚੋਂ 5 ਮਣ ਕੱਚੀ ਜਵਾਰ ਨਿਕਲੀ ਸੀ ਜਿਹੜੀ ਕਬਈ ਹੋਈ ਭੈਣ ਨੇ ਇਲਾਕੇ ਦੇ ਨਾਮੀ ਪਹਿਲਵਾਨ ਦਾ ਮੁਗਦਰ ਦੋ ਵਾਰ ਚੁੱਕ ਕੇ ਸੁੱਟ ਦਿੱਤਾ ਸੀ ਜਿਸ ਨੂੰ ਲੱਗਲੇ ਕਈ ਪਿੰਡਾਂ ਵਿੱਚ ਇੱਕ ਪਹਿਲਵਾਨ ਤੋਂ ਬਿਨਾ ਹੋਰ ਕੋਈ ਚੁੱਕਣ ਦਾ ਹੌਸਲਾ ਨਹੀਂ ਕਰਦਾ ਸੀ ਪ੍ਰਸ਼ਨ ਨੰਬਰ 7 ਹੈ ਹੇਠ ਲਿਖੇ ਮੁਹਾਵਰੇ ਅਤੇ ਮੁਹਾਵਰੇਦਾਰ ਵਾਕਾਂਸ਼ਾਂ ਦੀ ਵਾਕ ਬਣਾ ਕੇ ਅਰਥ ਸਪਸ਼ਟ ਕਰੋ ਇਸ ਵਿੱਚ ਕੁਝ ਮੁਹਾਵਰੇ ਦਿੱਤੇ ਹਨ ਜਿਨ੍ਹਾਂ ਦੇ ਤੁਸੀਂ ਵਾਕ ਬਣਾਉਣੇ ਹਨ ਜਿਵੇਂ ਪਹਿਲਾ ਹੈ ਨੱਬਿਆਂ ਦੇ ਲੇਖੇ ਵਿੱਚ ਪੈਣਾ ਕਾਗਜ਼ੀ ਪਹਿਲਵਾਨ ਕੁੱਲ ਨੂੰ ਲੀਕ ਲਾਉਣਾ ਚੰਨ ਚਿਰਾਗ ਤੋਰਪੋਰ ਹੋਣਾ ਪੱਤਰਾਵਾਚਨਾ ਦਾਅ ਲੱਗਣਾ ਤੇ ਮਾਰਤਾੜ ਤੇ ਬੱਚਿਓ ਇਹ ਸੀ ਆਪਣੇ ਪ੍ਰਸ਼ਨ ਉੱਤਰ ਪਾਠ ਮੇਰੇ ਵੱਡੇ ਵਡੇਰੇ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ